खरड़ हलका विधायक अनमोल गगन मान वालों अज खरड़ अनाज मंडी का दौरा किया गया। इस मौके उन्होंने खरड़ आड़ती एसोसीएशन मजदूरों दीआं समस्यावां सुनियां अते उन्हां नूं बहुत जल्द हल करन दा भरोसा दिता। नाल ही उन्होंने कहा कि आड़तियां नूं आ रही बारदाने की मुश्किल तो जल्द निजात दिला दी जाएगी। इस मौके उन्होंने बोलदिया कहा, असी मेक श्योर करांगे कि जिहड़ी वारदाने दी पंजाब सरकार किसी भी जगह उत्ते हलका खरड़ दी मेरी ड्यूटी है, असी वारदाने दी कमी नहीं आउण दवांगे। चाहे वह 24 घंटे दे विच लिफ्टिंग ते नाल ही उहदी अदायगी दी गल है, चाहे किसानां दी खज्जल खुआरी दी गल है, चाहे किसानां नाल गल्लबात करन दा जिहड़ा नरमई वाला हर चीज किसानां नाल कोऑपरेट करना, यह पंजाब सरकार वल्लों जिहड़ियां हदायतां आईआं ने कि किसे किसान नूं कोई मुश्किल आउंदी है तां बड़े वधिया ढंग नाल उहदे नाल बड़ी नरमाई नाल पेश आ के आपां हर एक चीज नूं जिहड़ी उहनूं उहदे नाल डील करना। ਤੇ ਅੱਛਾ ਲੱਗ ਰਿਹਾ ਸਾਰਾ, ਸਫਾਈ ਦੇ ਪ੍ਰਬੰਧ ਵੀ ਪੁਖਤਾ ਨੇ ਜਿਹੜੇ ਕਿ ਅਸੀਂ ਮੇਕ ਸ਼ੋਰ ਕਰਾਂਗੇ ਇੱਥੇ ਦੁਬਾਰਾ ਫੇਰ ਸਾਰੀ ਕਰਵਾਉਂਦੇ ਨੇ ਤਾਂ ਕਿ ਕੋਈ ਦਿੱਕਤ ਨਾ ਆਵੇ ਹਰ ਪੱਖੋਂ। ਤੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਸਾਡੇ ਹਲਕੇ ਖਰੜ ਨੂੰ, ਸਾਡੇ ਹਲਕੇ ਖਰੜ ਦੀ ਚਾਹੇ ਕਿਸਾਨੀ ਹੈ, ਚਾਹੇ ਉਹ ਵਪਾਰੀ ਵਰਗ ਹੈ, ਚਾਹੇ ਮਜ਼ਦੂਰ ਵਰਗ ਹੈ, ਹਰ ਵਰਗ ਦੇ ਜਿਹੜਾ ਤਰੱਕੀਆਂ ਦੇ ਵੇਲੇ ਤੇ ਸਾਨੂੰ ਸੇਵਾ ਕਰਨ ਦਾ ਬਲ ਬਖਸ਼ੇ। ਤੇ ਮੈਂ ਸਾਰੇ ਚਾਹੇ ਸਾਡੇ ਇੱਥੇ ਕਿਸਾਨਾਂ ਦੇ ਪ੍ਰਧਾਨ ਬੈਠੇ ਨੇ, ਚਾਹੇ ਆੜ੍ਹਤੀ ਬੈਠੇ, ਚਾਹੇ ਮਜ਼ਦੂਰ ਵਰਗ ਖੜਾ, ਮੈਂ ਤੁਹਾਨੂੰ ਸਾਰਿਆਂ ਨੂੰ ਵਿਸ਼ਵਾਸ ਦਿਵਾਉਂਦੀ ਹਾਂ ਵੀ ਤੁਹਾਡੀਆਂ ਉਮੀਦਾਂ ਤੇ ਤੁਹਾਡੀਆਂ ਆਸਾਂ ਤੇ ਜੋ ਸੋਚ ਕੇ ਤੁਸੀਂ ਏਡੀ ਵੱਡੀ ਬਹੁਮਤ ਦਿੱਤੀ, ਏਡੀ ਵੱਡੀ ਮਾਰਕੇ ਨਾਲ ਖਰੜ ਚੋਂ ਜਿਤਾਇਆ, ਤੁਹਾਡੀਆਂ ਉਮੀਦਾਂ ਤੇ ਆਸਾਂ ਤੇ ਖਰੀ ਉਤਰੋਗੇ। ਮੈਡਮ, ਸਾਡੇ ਸੈਕਟਰੀ ਮੈਡਮ ਬੈਠੇ ਨੇ, ਨਾਲ ਸਾਰਾ ਸਟਾਫ ਬੈਠਾ, ਬਹੁਤ ਬਹੁਤ ਧੰਨਵਾਦ ਕੋਆਪਰੇਸ਼ਨ ਲਈ, ਕਿਉਂਕਿ ਜਿੰਨੀ ਦੇਰ ਸਿਆਸਤਦਾਨਾਂ ਤੇ ਜਿਹੜਾ ਅਧਿਕਾਰੀ ਇਹ ਵਰਗ ਇਕੱਠੇ ਪੈਸ਼ਨ ਨਾਲ ਕੰਮ ਨਹੀਂ ਕਰਦੇ, ਉਨੀ ਦੇਰ ਜਿਹੜਾ ਬਦਲਾਅ ਲਿਆਉਣਾ ਬੜਾ ਔਖਾ ਹੁੰਦਾ। ਦੋਨਾਂ ਦਾ ਆਪਸ ਚ ਸਹਿਯੋਗ ਤੇ ਇੱਕ ਵੀ ਕੋਈ ਮੁਸ਼ਕਿਲ ਆਉਂਦੀ ਹੈ ਨਾਲ ਹੀ ਆਪਣਾ ਇੱਥੇ ਖਰੜੇ ਆ ਪ੍ਰਧਾਨ ਸਾਹਿਬ, ਇੰਨੀ ਟਾਈਮ ਤੁਸੀਂ ਆਉਣਾ ਉੱਥੇ, ਕਿਸੇ ਟਾਈਮ ਫੋਨ ਨੰਬਰ ਤੁਹਾਡਾ ਲੈ ਲਿਆ, ਕਿਸੇ ਟਾਈਮ ਵੀ ਫੋਨ ਕਰੋ, ਦਿੱਕਤ ਆਉਂਦੀ ਆਹ ਪਰੇਸ਼ਾਨੀ ਹੈ, ਮੈਂ ਆਪ ਉੱਥੇ ਆ ਕੇ ਹਾਜ਼ਰ ਹੋ ਕੇ ਦਿੱਕਤ ਦੂਰ ਕਰਨ ਦੀ ਕੋਸ਼ਿਸ਼ ਕਰੂੰਗੀ। ਕਿਸੇ ਵੀ ਟਾਈਮ ਜਿੰਨਾ ਮਜ਼ਦੂਰ ਵਰਗ ਖੜਾ ਲਾਗੇ ਆਪਣਾ ਆਫਿਸ ਆ, ਵੈਸੇ ਅਸੀਂ ਕੋਸ਼ਿਸ਼ ਕਰਾਂਗੇ ਵੀ ਤੁਹਾਨੂੰ ਕਿਤੇ ਨਾ ਆਉਣਾ ਜਾਣਾ ਪਵੇ, ਅਸੀਂ ਤੁਹਾਡੀਆਂ ਮੁਸ਼ਕਲਾਂ ਜਿਹੜੀਆਂ ਦੂਰ ਕਰੀਏ, ਪਰ ਤੁਹਾਡੇ ਦੁੱਖ ਸੁੱਖ ਵਿੱਚ ਹਰ ਜਗ੍ਹਾ ਖੜੇ ਆ ਤੇ 5 ਸਾਲਾਂ ਦੇ ਵਿੱਚ ਬੜਾ ਵੱਡਾ ਫਰਕ ਪਾ ਦਾਂਗੇ। ਜੇ ਕਿਹਾ ਵੀ ਇਹ ਹਲਕਾ ਪੰਜਾਬ ਦਾ ਮੋਹਰੀ ਹਲਕਾ ਹੋਊਗਾ ਤੇ ਯਕੀਨ ਰੱਖਿਓ ਅਗਲੀ ਵਾਰ ਵੋਟਾਂ ਤਾਂ ਹੀ ਪਾਇਓ ਜੇ ਇੱਥੇ ਵਿਕਾਸ ਹੋਇਆ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਏਡੀ ਵੱਡੀ ਬਹੁਮਤ ਨਾਲ ਜਿਤਾਉਣ ਲਈ, ਤੁਹਾਡੀ ਇੱਕ ਇੱਕ ਵੋਟ ਦੀ ਜਿਹੜੀ ਕੀਮਤ ਹੈ ਮੈਂ 5 ਸਾਲ ਦਿਨ ਰਾਤ ਇੱਕ ਕਰੂੰਗੀ, ਦਿਨ ਰਾਤ ਇੱਕ ਕਰਾਂਗੇ। ਹਰ ਇੱਕ ਚੀਜ਼ ਦੀ ਜੇ ਡਿਮਾਂਡ ਆ ਵੀ ਮੰਡੀ ਹੈ ਜਿਹੜੀ ਉਹ ਇੱਥੇ ਥੋੜੀ ਛੋਟੀ ਪੈਂਦੀ ਆ, ਬਾਹਰ ਵੀ ਇਹਦੇ ਲਈ ਜਗ੍ਹਾ ਬਣਾਈ ਜਾਵੇ ਤਾਂ ਉਹ ਵੀ ਤੁਹਾਡੇ ਤੋਂ ਪੁੱਛ ਕੇ ਜਗ੍ਹਾ ਸਾਰੀ ਦੇਖ ਕੇ ਆਪਾਂ ਕੋਸ਼ਿਸ਼ ਕਰਾਂਗੇ ਵੀ ਛੇਤੀ ਤੋਂ ਛੇਤੀ ਇਹ ਕੰਮ ਵੀ ਪੂਰਾ ਹੋਵੇ। ਤੇ ਚੰਗਾ ਲੱਗਾ ਮੈਨੂੰ ਕਿ ਆੜ੍ਹਤੀ ਵੀ ਸੈਟਿਸਫਾਈਡ ਨੇ, ਸਰਕਾਰ ਦੇ ਵਿੱਚ ਜਿਹੜਾ ਬਦਲਾਅ ਆ ਉਹ ਦਿਸ ਰਿਹਾ, ਲੋਕਾਂ ਨੂੰ ਮਹਿਸੂਸ ਹੋ ਰਿਹਾ, ਚਾਹੇ ਕਰਪਸ਼ਨ ਖਤਮ ਹੈ, ਚਾਹੇ ਉਹ ਸਰਕਾਰੀ ਜਿੰਨੇ ਵੀ ਅਦਾਰੇ ਨੇ, ਸਕੀਲਾਂ ਨੇ, ਕਚਹਿਰੀਆਂ ਨੇ, ਥਾਣੇ ਨੇ, ਉੱਥੇ ਵੀ ਜਿਹੜਾ ਮਾਹੌਲ ਬਦਲਦਾ ਦਿਖ ਰਿਹਾ। ਤੇ ਯਕੀਨ ਰੱਖਿਓ 5 ਸਾਲ ਸਾਡੇ ਕੋਲ ਹਾਲੇ ਬਹੁਤ ਪਏ ਆ, 5 ਸਾਲਾਂ ਚ ਬਹੁਤ ਕੁਛ ਕਰਾਂਗੇ। ਲੋਕਾਂ ਦੀ ਸਰਕਾਰ ਹੈ, ਤੁਸੀਂ ਆਪਣੇ ਬੱਚੇ ਵਿਧਾਨ ਸਭਾ ਚ ਬਿਠਾਏ ਆ, ਮੇਰੇ ਆਪਣੇ ਫਾਦਰ ਇੱਕ ਕਿਸਾਨ ਫੈਮਿਲੀ ਤੋਂ ਮੈਂ ਬਿਲੋਂਗ ਕਰਦੀ ਹਾਂ ਤੇ ਇੱਥੇ ਸਾਰੇ ਏਦਾਂ ਦੇ ਜਿਹੜੇ ਆਮ ਖਿੱਤਿਆਂ ਨਾਲ ਜੇ ਪੰਜਾਬ ਦੇ ਮੁੱਖ ਮੰਤਰੀ ਨੇ ਉਹ ਵੀ ਕਿਸਾਨ ਪਰਿਵਾਰ ਤੋਂ ਬਿਲੋਂਗ ਕਰਦੇ ਨੇ। ਸੋ ਇਹ ਤੁਹਾਡੀ ਸਰਕਾਰ ਹੈ, ਤੁਸੀਂ ਦੱਸਣਾ ਤੇ ਅਸੀਂ ਕਰਨਾ। ਬਹੁਤ ਬਹੁਤ ਸਾਰੇ ਮੇਰੇ ਹਲਕਾ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ, ਇਨਕਲਾਬ ਧੰਨਵਾਦ।